ਅੱਜਕੱਲ੍ਹ ਸਿਆਸੀ ਗਲਿਆਰਿਆਂ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਨਾਮ ਕਾਫੀ ਚਰਚਾ ਵਿੱਚ ਹੈ। ਹੁਣ ਜਿੱਥੇ ਪੰਜਾਬ ਵਿੱਚ ਇੱਕ ਪਾਸੇ ਕਬੱਡੀ ਵਰਲਡ ਕੱਪ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਨੌਰਥ ਜ਼ੋਨ ਦੀ ਕਬੱਡੀ ਫੈਡਰੇਸ਼ਨ ਨੇ ਪੰਜਾਬ ਪੁਲਿਸ ਦੇ DGP ਕੋਲ ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਧਮਕੀਆਂ ਦੇਣ ਦੀ ਸ਼ਿਕਾਇਤ ਕੀਤੀ ਹੈ ਤੇ ਕਿਹਾ ਗਿਆ ਕਿ ਉਹ ਆਪਣੀ ਫੈਡਰੇਸ਼ਨ ਚਲਾਉਣ ਦੀ ਕੋਸ਼ਿਸ਼ ਕਰ ਰਿਹਾ, ਜਦਕਿ ਇਸ ਸਮੇਂ ਉਹ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹੈ। ਤੇਸੀ ਜੱਗੂ ਭਗਵਾਨਪੁਰੀਆ ਨੂੰ ਲੈ ਕੇ ਬਿਕਰਮ ਮਜੀਠੀਆ ਤੇ ਸੁਖਜਿੰਦਰ ਰੰਧਾਵਾ ਵਿਚਾਲੇ ਵਿਵਾਦ ਚੱਲ ਰਿਹਾ ਤੇ ਦੋਵੇਂ ਇੱਕ ਦੂਜੇ ਤੇ ਗੈਂਗਸਟਰਾਂ ਨਾਲ ਸੰਬੰਧ ਹੋਣ ਦੇ ਇਲਜ਼ਾਮ ਲਗਾ ਰਹੇ ਨੇ ਤੇ ਸ਼ੁੱਕਰਵਾਰ ਨੂੰ ਬਿਕਰਮ ਮਜੀਠੀਆ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਕਿ ਖੇਡ ਕਲੱਬਾਂ ਦੀ ਆੜ ਵਿੱਚ ਚੋਖੀਆਂ ਕਮਾਈਆਂ ਕੀਤੀਆਂ ਜਾ ਰਹੀਆਂ ਨੇ। ਜੇਲ੍ਹ ਚੋਂ ਚੱਲ ਰਿਹਾ ਉਹਦਾ ਅਸੀਂ ਬਾਰ ਬਾਰ ਵੱਖ ਵੱਖ ਪਹਿਲੂਆਂ ਤੋਂ ਉਹਦਾ ਖੁਲਾਸਾ ਕਰਦੇ ਆਏ ਔਰ ਸੁੱਖੀ ਜੱਗੂ ਦੀ ਉਹ ਜੋੜੀ ਬਾਰੇ ਅੱਜ ਮੈਂ ਤੁਹਾਨੂੰ ਜਿਹੜੀ ਨਵੀਂ ਕੜੀ ਤੁਹਾਡੇ ਧਿਆਨ 'ਚ ਵੀ ਆਈ ਹੈ, ਮਗਰ ਉਹ ਗੱਲ ਜੋ ਮੈਂ ਕਰਦਾ ਸੀ ਤੇ ਇਹ ਕਿਹਾ ਜਾਂਦਾ ਸੀ ਕਿ ਇਹ ਤਾਂ ਸਿਆਸੀ ਗੱਲ ਹੈ। ਫੈਡਰੇਸ਼ਨਸ ਨੇ ਕਬੱਡੀ ਦੀਆਂ ਜਿਹੜੇ ਪਿਛਲੇ 30 ਸਾਲਾਂ ਤੋਂ ਚੱਲ ਰਹੀਆਂ ਨੇ ਉਹਨਾਂ ਨੇ ਵੀ ਉਹ ਜਿਹੜੀ ਚਿੱਠੀ ਤੁਹਾਡੇ ਕੋਲ ਆਈ ਹੈ ਉਹਨਾਂ ਨੇ ਵੀ ਕਿਹੜੀ ਗੱਲ ਜਨਤਕ ਕੀਤੀ ਜੋ ਮੈਂ ਚਿੱਠੀ ਤੁਹਾਡੇ ਮੀਡੀਆ ਦੇ ਫਰੈਂਡਸ ਰਾਹੀਂ ਮੈਨੂੰ ਮਿਲੀ ਹੈ ਕਿ ਉਹ DGP ਸਾਹਿਬ ਨੂੰ ਮਿਲੇ ਆ ਔਰ ਉਹਨਾਂ ਦਾ ਕੀ ਹੈ ਇਨਵੋਲਵਮੈਂਟ ਆਫ ਗੈਂਗਸਟਰਸ ਇਨ ਦਾ ਗੇਮ ਆਫ ਪੰਜਾਬ ਸਰਕਲ ਸਟਾਈਲ ਕਬੱਡੀ। ਔਰ ਵੱਡੀ ਗੱਲ ਵੇਖੋ ਇਹਦੇ 'ਚ ਕਹਿ ਕੀ ਰਹੇ ਹੈ ਕਿ ਡਿਊ ਟੂ ਇਟਸ ਇੰਪੋਰਟੈਂਸ ਮੈਨੀ ਟੌਪ ਗੈਂਗਸਟਰਸ ਆਫ ਪੰਜਾਬ ਆਰ ਇੰਡਲਜਿੰਗ ਇਨ ਦਿਸ ਗੇਮ ਇਨ ਵਿੱਚ ਮੇਨ ਗੈਂਗਸਟਰ ਆਫ ਏ ਕੈਟੇਗਰੀ ਜੱਗੂ ਭਗਵਾਨਪੁਰੀਆ ਹੂਜ਼ ਇਨ ਜੇਲ ਫੋਰ ਸੀਰੀਅਸ ਓਫੈਂਸਿਸ ਬਟ ਹੀ ਫਰੋਮ ਜੇਲ ਇਜ਼ ਯੂਜ਼ਿੰਗ ਅ ਮੋਬਾਈਲ ਨੰਬਰ ਆਫ ਆਸਟ੍ਰੇਲੀਆ ਬੇਅਰਿੰਗ ਨੰਬਰ +61 447 505 098 ਐਂਡ ਇਜ਼ ਰਨਿੰਗ ਅ ਰੈਕਟ ਆਫ ਕਬੱਡੀ ਐਟ ਗਿੱਦੜਬਾਹਾ ਥਰੂ ਅਨਦਰ ਫੋਨ ਨੰਬਰ 797 333 87 11। ਅੱਗੇ ਭਗਵਾਨ ਲਾਸਟ ਈਅਰ ਬਾਏ ਹੋਲਡਿੰਗ ਅ ਕਬੱਡੀ ਮੈਚ ਐਟ ਵਿਲੇਜ ਭਗਵਾਨਪੁਰ ਹੀ ਕੇਮ ਇਨ ਟੂ ਦਾ ਲਾਈਮ ਲਾਈਟ ਇਨ ਵਿੱਚ ਡਰੱਗ ਮਨੀ ਵਾਜ ਯੂਜਡ ਐਂਡ ਬਾਏ ਕੰਪੈਲਿੰਗ ਥਰੂ ਥਰੈਟਸ ਆਰ ਹੋਲਡਿੰਗ ਦੀਜ਼ ਮੈਚਿਸ। ਕਿ ਐਡੀ ਸ਼ਰੇਆਮ ਬਦਮਾਸ਼ੀ ਜੇਲ੍ਹ 'ਚੋਂ ਚੱਲ ਰਹੀ ਹੈ ਕਿ ਪਲੇਅਰ ਥਰੈਟ ਕੀਤੇ ਜਾ ਰਹੇ, ਉਹਨਾਂ ਨੇ ਨੰਬਰ ਵੀ ਦੇ ਦਿੱਤੇ ਕਿ ਕਿਹੜਾ ਨੰਬਰ ਵਰਤਿਆ ਜਾ ਰਿਹਾ। ਔਰ ਅੱਗੇ ਜਾ ਕੇ ਉਹ ਕਹਿੰਦੇ ਆ ਜੱਗੂ ਭਗਵਾਨਪੁਰੀਆ ਹੈਜ਼ ਮੇਡ ਅ ਨਿਊ ਫੈਡਰੇਸ਼ਨ ਇਨ ਦ ਨੇਮ ਆਫ ਮੇਜਰ ਲੀਗ ਕਬੱਡੀ ਬਾਏ ਇਨਵੋਲਵਿੰਗ ਪਲੇਅਰਸ ਹੂ ਹੈਵ ਬੀਨ ਬੈਨਡ ਡਿਊ ਟੂ ਡਰੱਗਸ। ਅੱਗੇ ਜਾ ਕੇ ਜੱਗੂ ਭਗਵਾਨਪੁਰੀਆ ਇਜ਼ ਰਨਿੰਗ ਅ ਰੈਕਟ ਇਨ ਦ ਨੇਮ ਆਫ ਦ ਲੀਗ। ਔਰ ਇਹ ਲੀਗ ਦਾ ਤੁਸੀਂ ਆਮ ਜੇ ਲੋਕਾਂ ਨਾਲ ਪਤਾ ਕਰੋ, ਮੈਂ ਤੁਹਾਨੂੰ ਆਡੀਓ ਵੀਡੀਓਜ਼ ਵੀ ਦਿਖਾਈਆਂ ਸੀ, ਇੱਕ ਇੱਕ ਮੈਚ ਤੇ 25-25 ਲੱਖ ਰੁਪਈਆ ਖਰਚ ਹੋ ਰਿਹਾ। ਔਰ ਜੋ ਆਮ ਐਸਟੀਮੇਟ ਲਾਏ ਜਾਂਦੇ ਆ ਜਿਵੇਂ ਕ੍ਰਿਕਟ ਦੀ IPL ਚੱਲਦੀ ਹੈ, ਜੇਲ੍ਹ 'ਚ ਬੈਠਿਆ ਇੱਕ ਗੈਂਗਸਟਰ 1000 ਤੋਂ 1500 ਕਰੋੜ ਦੀ ਕਬੱਡੀ ਦੀ ਲੀਗ ਚਲਾਉਣੀ, ਉਹਨੇ ਦੇਸ਼ ਵੀ ਲਿਖੇ ਆ ਕੈਨੇਡਾ ਆਸਟ੍ਰੇਲੀਆ ਅਮੈਰੀਕਾ। ਔਰ ਵੱਡੀ ਗੱਲ ਹੈ ਗੈਂਗਸਟਰ ਥ੍ਰੈਟ ਕਰਦਾ ਲੋਕਾਂ ਨੂੰ ਔਰ ਪਲੇਅਰਸ ਨੂੰ, ਹੁਣ ਤਾਂ ਫੈਡਰੇਸ਼ਨਾਂ ਨੂੰ ਥ੍ਰੈਟ ਕਰਨਾ ਸ਼ੁਰੂ ਕਰਤਾ ਕਿ ਤੁਸੀਂ ਖਬਰਦਾਰ ਹੋ ਜਾਓ ਜੇ ਤੁਹਾਡੇ 'ਚੋਂ ਕੋਈ ਵਿੱਚ ਆਉਂਦਾ। ਹੁਣ ਤਾਂ ਇਹ ਹਾਲਾਤ ਹੋ ਗਏ ਕਿ ਆ ਫੈਡਰੇਸ਼ਨਾਂ ਨੇ ਇਹ ਸਾਰੇ ਨੌ ਦੇਣ ਤੋਂ ਬਾਅਦ ਥੱਲੇ ਲਿਖਿਆ ਹੀ ਆਲਸੋ
says he has political leaders with him. ਕਿ ਇਹ ਲੋਕ ਆ ਪੋਲੀਟੀਕਲ ਲੀਡਰਸ ਦੀ ਗੱਲ ਵੀ ਕਰ ਰਹੇ, ਜਿਹੜੀ ਗੱਲ ਮੈਂ ਪਿਛਲੇ 10 ਦਿਨਾਂ ਤੋਂ ਗੱਲ ਕਰ ਰਿਹਾ, ਹੁਣ ਤਾਂ ਬੜੇ ਲੋਕ ਦਲੇਰੀ ਫੜੇ ਆ। ਔਰ ਮੈਂ ਅੱਜ ਤੁਹਾਡੇ ਚੈਨਲਾਂ ਰਾਹੀਂ ਅਪੀਲ ਕਰਦਾ ਕਿ ਦੁਖੀ ਤਾਂ ਬੜੀ ਵੱਡੀ ਗਿਣਤੀ 'ਚ ਦੁਨੀਆ ਜਿਹੜੀ ਐਕਸਟੋਰਸ਼ਨ ਭਰ ਰਹੀ ਆ, ਮਗਰ ਉਹਨਾਂ 'ਚ ਵਿਚਾਰੇ ਡਰਦੇ ਸਨ ਕਿ ਜਾਵਾਂਗੇ ਕਿਹਦੇ ਕੋਲ। ਜੇ ਉਹ ਤਗੜੇ ਹੋ ਕੇ ਸਾਹਮਣੇ ਆਉਣਗੇ ਤਦੇ ਇਹ ਜੇਲ੍ਹ 'ਚੋਂ, ਜਿੱਥੇ ਹੈਪੀ ਬਰਥਡੇ ਮਨਾਏ ਜਾਂਦੇ, ਤੁਸੀਂ ਵੇਖਿਆ ਹੀ ਆ ਕਿ ਜੇਲ੍ਹ 'ਚ ਕਦੇ ਸੁਣਿਆ ਜਿਸ ਤਰੀਕੇ ਦਾ ਉੱਥੇ ਬਰਥਡੇ ਮਨਾਇਆ ਗਿਆ? ਮੈਂ ਸਮਝਦਾ ਜੇਲ੍ਹ 'ਚ ਤਾਂ 5-star ਫੈਸਿਲਿਟੀ ਜੋ ਦਿੱਤੀ ਜਾ ਰਹੀ ਹੈ, ਤੇ ਫਿਰ ਇਹ ਤਦੇ ਗੱਲਾਂ ਸਾਰੀਆਂ ਸੱਚੀਆਂ ਹੋ ਰਹੀਆਂ। ਗੈਂਗ ਵਾਰ ਦੀ ਰਾਈਵਲਰੀ ਤੋਂ ਬਚ ਵੀ ਰਹੇ, ਨੈਕਸਸ ਫੈਲਾ ਵੀ ਰਹੇ, ਇਸ ਲਈ ਮਿਨਿਸਟਰ ਸ਼ੁੱਡ ਬੀ ਡਿਸਮਿਸਡ ਐਂਡ ਆਲ ਦੀਜ ਇਨਵੈਸਟੀਗੇਸ਼ਨ ਹੈਂਡਡ ਓਵਰ ਟੂ ਇੰਡੀਪੈਂਡੈਂਟ ਏਜੰਸੀ, CBI, NIA ਜਾਂ ਕਿਸੇ ਤੋਂ ਕਰਾ ਦਿਓ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ। ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 1-10 ਦਸੰਬਰ ਤੱਕ ਕਰਵਾਇਆ ਜਾ ਰਿਹਾ, ਜਿਸ ਦੀ ਜਾਣਕਾਰੀ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਦਿੱਤੀ। ਜਦੋਂ ਉਨ੍ਹਾਂ ਨੂੰ ਜੱਗੂ ਭਗਵਾਨਪੁਰੀਏ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦਾ ਕੰਮ ਧਮਕੀਆਂ ਦੇਣਾ ਹੀ ਹੁੰਦਾ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹੋ ਜਿਹੀਆਂ ਜਿਹੜੀਆਂ ਧਮਕੀਆਂ ਨੇ, ਇਹ ਇੱਕ ਕਈ ਜਿਹੜੇ ਆਪਾਂ ਜਿਹਨੂੰ ਕਹਿ ਹੀ ਦਿੱਤਾ ਵੀ ਗੈਂਗਸਟਰ ਹੈ, ਤਾਂ ਉਹਨਾਂ ਦਾ ਹੋਰ ਕਿਹਨੂੰ ਧਮਕੀ ਦੇਣਗੇ? ਉਹਨਾਂ ਦਾ ਕੰਮ ਹੈ ਕਿ ਲੋਕਾਂ ਨੂੰ ਦੇ ਵਿੱਚ ਦਹਿਸ਼ਤ ਫੈਲਾਉਣਾ, ਲੇਕਿਨ ਐਸੀ ਕੋਈ ਗੱਲ ਨਹੀਂ। ਧਮਕੀਆਂ ਜ਼ਰੂਰ ਹੋਣਗੀਆਂ, ਧਮਕੀਆਂ ਆਈਆਂ ਵੀ ਹੈ ਨੇ, ਲੇਕਿਨ ਸਾਡੀ ਸਰਕਾਰ ਵੱਲੋਂ ਪੂਰੀ ਸਿਕਿਉਰਿਟੀ ਔਰ ਅਸੀਂ ਹਰ ਚੀਜ਼ ਨੂੰ ਨਕੇਲ ਪਾ ਕੇ ਰੱਖੀ ਹੋਈ ਹੈ, ਕਿਸੇ ਦਾ ਕੋਈ ਵਿਗਾੜ ਨਹੀਂ ਸਕਦੇ। ਕਿ ਇਟ ਇਜ਼ ਜਸਟ ਮੇਅਰ ਟੂ ਕ੍ਰੀਏਟ ਏ ਫਲਟਰ ਇਨ ਦੀ ਮੀਡੀਆ, ਨਥਿੰਗ ਐਲਸ, ਕੁਛ ਨਹੀਂ ਹੈ। ਹਾਂਜੀ, ਨਹੀਂ ਵੋਇਸ ਦੇ, ਹਾਂਜੀ ਦੇਖੋ, ਉਹਦੇ 'ਚ ਲੜਕੀਆਂ ਦੀਆਂ ਟੀਮ ਜਿਹੜੀਆਂ ਨੇ ਅਲੱਗ ਅਲੱਗ, ਉਹ ਜਿਹੜੀ ਸਰਕਲ ਕਬੱਡੀ ਦੇ ਵਿੱਚ ਲੜਕੀਆਂ ਬਾਕੀ ਮੁਲਕਾਂ ਦੇ ਵਿੱਚ ਟੀਮਸ ਘੱਟ ਹੈਗੀਆਂ ਨੇ। ਸੋ ਇਹ ਜਿਹੜੀ ਕਬੱਡੀ ਦੇ ਜਿਹੜੇ ਆ ਰਹੇ ਹੈਗੇ ਨੇ, ਉਹ ਇਹ ਸਰਕਲ ਕਬੱਡੀ ਦੇ ਜ਼ਿਆਦਾ ਲੋਕ ਨੇ ਇਹਦੇ ਵਿੱਚ, ਅਤੇ ਮੈਚ ਹੀ ਸਰਕਲ ਕਬੱਡੀ ਦਾ ਹੈ, ਕਿਉਂਕਿ ਜੇ ਨੈਸ਼ਨਲ ਟ੍ਰੈਡੀਸ਼ਨਲ ਗੇਮ ਨੂੰ ਨਜ਼ਰ ਰੱਖਦੇ ਹੋਇਆਂ ਇਹ ਅਸੀਂ ਟ੍ਰੈਡੀਸ਼ਨਲ ਗੇਮ ਇਸ ਕਰਕੇ ਇਹਦੀ ਅਸੀਂ ਔਰਗਨਾਈਜੇਸ਼ਨ ਕੀਤੀ। ਜੇ ਨੈਸ਼ਨਲ ਕਬੱਡੀ ਰੱਖਦੇ ਤਾਂ ਉਹਦੇ ਵਿੱਚ ਅਸੀਂ ਗਰਲਸ ਦਾ ਵੁਮੈਨ ਅਸੀਂ ਉਹਨਾਂ ਨੂੰ ਪਹਿਲ ਦੇਣੀ ਸੀ। ਉਹ ਸਰ ਆਲਰੇਡੀ ਅਸੀਂ ਸਬ ਡਿਵੀਜ਼ਨ ਲੈਵਲ, ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਕਰਾ ਚੁੱਕੇ ਹਾਂ। ਆਫ ਕੋਰਸ ਦੇਰ ਇਜ਼ ਅ ਟੈਲੀਕਾਸਟ, ਜਿਹੜਾ ਲਾਈਵ ਟੈਲੀਕਾਸਟ ਹੈਗਾ, PTC ਇਜ਼ ਡੂਇੰਗ ਦੀ ਲਾਈਵ ਟੈਲੀਕਾਸਟ ਆਲ ਮੈਚਸ। ਹੋ ਗਈ ਜੀ, ਕੈਨੇਡਾ ਦੀ ਹੋ ਗਈ ਹੈ, ਪਾਕਿਸਤਾਨ ਦੀ ਪੈਂਡਿੰਗ ਪਈ ਹੈ। ਉਮੀਦ ਹੈ ਕਿ ਅੱਜ ਸ਼ਾਮ ਤੱਕ ਸਾਨੂੰ ਉੱਥੋਂ ਵੀ ਪੋਜ਼ਿਟਿਵ ਰਿਸਪੋਂਸ ਮਿਲੇਗਾ, ਅਤੇ ਅਸੀਂ ਸੈਂਟਰਲ ਗਵਰਨਮੈਂਟ ਦੇ ਨਾਲ ਗੱਲਬਾਤ ਕਰ ਰਹੇ ਹਾਂ। ਦੇਖੋ, ਸਪੋਂਸਰਸ ਆਰ ਆਲਵੇਜ਼ ਵੈਲਕਮ, ਅਸੀਂ ਲੋਕਾਂ ਨੂੰ ਕਿਹਾ ਹੈਗਾ। ਤੁਹਾਨੂੰ ਦੱਸ ਦਈਏ ਕਿ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਦੀ ਟੀਮ ਵੀ ਹਿੱਸਾ ਲਵੇਗੀ, ਇਸ ਲਈ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਪਰ ਖੇਡਾਂ ਵਿੱਚ ਗੈਂਗਸਟਰਾਂ ਦੀ ਦਖਲ ਅੰਦਾਜ਼ੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ।
ਚੰਡੀਗੜ੍ਹ ਤੋਂ ਠਾਕੁਰ ਅਮਨਦੀਪ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ $3,000-$5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।